ਫਿਲੌਰ ਦੇ ਨਜ਼ਦੀਕੀ ਪਿੰਡ ਭਾਰ ਸਿੰਘਪੁਰਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਵਿਖੇ ਸਥਿਤ ਸ਼ਿਵ ਮੰਦਿਰ ਵਿਖੇ ਸੇਵਾ ਕਰ ਰਹੇ ਬਾਬਾ ਪ੍ਰਗਿਆ ਮੁਨੀ ਜੀ ਦੇ ਘਰ ਵਿੱਚ ਦਾਖਲ ਹੋ ਕੇ ਦੋ ਵਿਅਕਤੀਆਂ ਨੇ ਅੰਧਾਧੁੰਦ ਫਾਇਰਿੰਗ ਕਰ ਦਿੱਤੀ। ਹਾਲਾਂਕਿ ਇਸ ਫਾਇਰਿੰਗ ਦੌਰਾਨ ਬਾਬਾ ਪ੍ਰਗਿਆ ਮੁਨੀ ਜੀ ਸਮੇਤ ਇੱਕ 16 ਸਾਲਾ ਬੱਚੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ, ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ DMC ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਦੋ ਵਿਅਕਤੀ ਘਰ ਵਿੱਚ ਦਾਖਲ ਹੋਏ ਸਨ, ਜਿਨ੍ਹਾਂ ਨੇ 10 ਤੋਂ 15 ਫਾਇਰ ਕੀਤੇ। ਹਾਂਜੀ, ਕੀ ਹੋਇਆ ਸੀ ਜੀ? ਸਵੇਰੇ ਸਵੇਰੇ ਆਏ, ਉੱਥੋਂ ਆਏ ਬਸ ਉੱਥੇ ਖੜੇ ਤਾਂ ਬਾਬਾ ਜੀ ਨੂੰ ਬਸ ਕਹਿੰਦੇ ਮਿਲਣਾ, ਫਿਰ ਅੰਦਰ ਨੂੰ ਗਏ। ਅਸੀਂ ਤਾਂ ਰੋਟੀ ਬਣਾਉਂਦੇ ਸੀ, ਜਦੋਂ ਗੋਲੀ ਚੱਲੀ ਉਦੋਂ ਅਸੀਂ ਚੀਕ ਚਿਕਾੜੇ ਮਾਰੇ ਅਸੀਂ ਬਾਹਰ। ਤੇ ਬਾਬਾ ਜੀ ਨਾਮ ਕੀ ਹੈ? ਬਾਬਾ ਜੀ ਦਾ ਪ੍ਰਗਿਆਦ ਮੁਨੀ। ਹਾਂਜੀ, ਪ੍ਰਗਿਆਦ ਮੁਨੀ। ਪ੍ਰਗਿਆਦ ਮੁਨੀ, ਹਾਂਜੀ। ਤੁਸੀਂ ਕਦ ਦੇ ਆਉਣੇ ਇੱਥੇ? ਹੋਈ ਗਿਆ 3 ਸਾਲ ਹੋ ਗਏ। 3 ਸਾਲ ਹੋ ਗਏ ਉਹਨੇ। ਤੇ ਕਿੰਨੀਆਂ ਗੋਲੀਆਂ ਚੱਲੀਆਂ ਸਵੇਰੇ? ਕਿੰਨੇ ਹੀ ਚੱਲੀਆਂ, 10-15 ਤਾਂ ਚੱਲੀਆਂ ਹੁਣ। 10-15 ਚੱਲੀਆਂ? ਹਾਂਜੀ। ਅੱਛਾ ਜੀ, ਦੋ ਗੋਲੀਆਂ ਚੱਲਦੀਆਂ ਸੀ, ਦੋ ਹੀ, ਦੋ ਜਣੇ ਦੋਨਾਂ ਦੇ ਹੱਥ 'ਚ ਸੀਗੇ। ਦੋਨਾਂ ਦੇ ਹੱਥ 'ਚ ਕੀ ਸੀ? ਬੰਦੂਕਾਂ ਸੀਗੀਆਂ ਇੰਨੀ ਕੁ ਛੋਟੀ ਛੋਟੀਆਂ। ਹਾਂਜੀ, ਇੱਕ ਚਿੱਟੇ ਕਲਰ ਦੀ ਸੀ, ਇੱਕ ਨਹੀਂ ਮੈਂ ਖਿਆਲ ਕੀਤਾ ਖਾਇਆ ਕਿ ਅਸੀਂ ਦੋਨੋਂ ਜਣੇ। ਠੀਕ ਹੈ ਜੀ। ਉਧਰ ਇਸ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਜਲੰਧਰ ਦੇਹਾਤ ਦੇ SSP ਸੰਦੀਪ ਗਰਗ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਫਿਲਹਾਲ ਪੁਲਿਸ CCTV ਦੀ ਮਦਦ ਨਾਲ ਅਗਲੀ ਕਾਰਵਾਈ ਕਰ ਰਹੀ ਹੈ। ਇੱਥੇ ਅੱਜ ਸਵੇਰੇ ਕਰੀਬਨ 9:30 ਵਜੇ ਬਾਗ ਸਿੰਘਪੁਰਾ ਪਿੰਡ ਹੈ ਥਾਣਾ ਫਿਲੌਰ 'ਚ, ਉੱਥੇ ਇੱਕ ਪ੍ਰਗਿਆਨ ਮੁਨੀ ਫਾਇਰਿੰਗ ਕੀਤੀ ਗਈ ਉੱਥੇ ਘਰ 'ਚ। ਇਸ ਇੰਸੀਡੈਂਟ ਮੈਂ ਉਹਨਾਂ ਕੋਲ 3 ਗੋਲੀਆਂ ਲੱਗੀਆਂ ਔਰ ਉਹ ਤੋਂ ਬਾਅਦ ਉਹਨਾਂ ਨੂੰ DMC ਦਾਖਲ ਕੀਤਾ ਗਿਆ, ਜਹਾਂ ਪਰ ਉਸਕੀ ਕੰਡੀਸ਼ਨ ਸਟੇਬਲ ਬਤਾਈ ਜਾ ਰਹੀ ਹੈ, ਉਸਕੋ ਵਹਾਂ ਪਰ ਇਲਾਜ ਮੁਆਵਜ਼ਾ ਚੱਲ ਰਿਹਾ ਹੈ ਔਰ ਉਸਕੀ ਤਬੀਅਤ ਅਭੀ ਠੀਕ ਹੈ। ਔਰ ਬਾਕੀ ਯਹਾਂ ਪਰ ਪੂਰੇ ਜ਼ਿਲ੍ਹੇ ਸੇ ਸਾਰੇ ਆਫਿਸਰਸ ਆ ਗਏ ਥੇ, ਹਮ ਆਪਣੀ ਤਰੀਕੇ ਸੇ ਜਾਂਚ ਕਰ ਰਹੇ, ਹਰ ਇੱਕ ਐਂਗਲ ਕੋ ਹਮ ਦੇਖ ਰਹੇ, ਇਨਵੈਸਟੀਗੇਟ ਕਰ ਰਹੇ ਹੈ। ਹਮਾਰੀ ਫੋਰੈਂਸਿਕ ਟੀਮ ਆਈ ਹੈ, ਹਮ ਮੌਕੇ ਪਰ ਸਾਰੇ ਜਿਤਨੇ ਵੀ ਤੱਥ ਹੈ ਉਨਕੋ ਖੰਗਾਲ ਰਹੇ ਹੈ।